ਅਡਰ ਰਿਵਿਊ ਮੀਟਿੰਗ ਕੀਤੀ ਜਿਸ ਦੇ ਵਿੱਚ ਜਿਹੜੇ ਪਿਛਲੇ ਦਿਨੀ ਜਿਹੜਾ ਆਪਰੇਸ਼ਨ ਸਕਸੈਸਫੁਲੀ ਕੰਕਲੂਡ ਹੋਆ ਜਿਹੜੇ ਐਨਐਸਏ ਡੈਟਨੂਸ ਨੂੰ ਫੜਿਆ ਗਿਆ ਸੀਗਾ ਉਸ ਆਪਰੇਸ਼ਨ ਨੂੰ ਰਿਵਿਊ ਕੀਤਾ ਗਿਆ ਜਿਹੜੇ ਅਫਸਰਾਂ ਨੇ ਚੰਗਾ ਕੰਮ ਕੀਤਾ ਉਹਨਾਂ ਨੂੰ ਸੀਐਮ ਸਾਹਿਬ ਵੱਲੋਂ ਮੋਟੀਵੇਸ਼ਨ ਤੇ ਇਨਕਰੇਜਮੈਂਟ ਦਿੱਤੀ ਗਈ ਤੇ ਪੰਜਾਬ ਪੁਲਿਸ ਦੀ ਓਵਰਆਲ ਅਪਗ੍ਰੇਡੇਸ਼ਨ ਟੈਕਨੋਲੋਜੀਕਲ ਅਪਗ੍ਰੇਡੇਸ਼ਨ ਤੇ ਫਿਊਚਰ ਰੋਡ ਮੈਪ ਬਾਰੇ ਡਿਸਕਸ਼ਨਸ ਹੋਏ ਤਾਂ ਸੀਐਮ ਸਾਹਿਬ ਨੇ ਪੰਜਾਬ ਪੁਲਿਸ ਦੇ ਰੋਲ ਨੂੰ ਐਪਰੀਸ਼ੀਏਟ ਕੀਤਾ ਕਿ ਵਿਦਆਊਟ ਫਾਇਰਿੰਗ ਅ ਸਿੰਗਲ ਬੁਲੇਟ ਵਿਦਆਊਟ ਐਨੀ ਡੈਮੇਜ ਟੂ ਐਨੀ ਲਾਈਫ ਔਰ ਪ੍ਰੋਪਰਟੀ ਪੰਜਾਬ ਦੇ ਵਿੱਚ ਹਾਰਮਨੀ ਤੇ ਪੀਸ ਨੂੰ ਮੇਨਟੇਨ ਰੱਖਿਆ ਗਿਆ ਤੇ ਪੰਜਾਬ ਪੁਲਿਸ ਕਮਿਟਡ ਹੈਗੀ ਪੰਜਾਬ ਦੇ ਵਿੱਚ ਹਾਰਡ ਐਂਡ ਪੀਸ ਤੇ ਹਾਰਮਨੀ ਨੂੰ ਮੇਨਟੇਨ ਰੱਖਣ ਲਈ ਤੇ ਮੈਂ ਲੋਕਾਂ ਨੂੰ ਵੀ ਐਸ਼ੋਰ ਕਰਦਾ ਹਾਂ ਕਿ ਤੁਸੀਂ ਬਿਲਕੁਲ ਪੀਸਫੁਲੀ ਯੂ ਗੋ ਅਬਾਊਟ ਯੋਰ ਵਰਕ ਸਿਚੁਏਸ਼ਨ ਇਜ਼ ਐਬਸੋਲੂਟਲੀ ਨੋਰਮਲ ਇਨ ਦੀ ਸਟੇਟ ਵੀ ਆਰ ਕਮਿਟਡ ਟੂ ਮੇਨਟੇਨ ਲਾਅ ਐਂਡ ਆਰਡਰ ਔਰ ਸਾਰੋ ਸੇ ਮੈਂ ਇਹ ਅਪੀਲ ਕਰੂੰਗਾ ਕਿ ਲੋਗੋਂ ਕੋ ਕੰਸਟਰਕਟਿਵ ਚੀਜ਼ੋਂ ਕੀ ਤਰਫ ਯੂਥ ਆਈਕਨਸ ਕੀ ਤਰਫ ਮੋਟੀਵੇਟ ਕੀਆ ਜਾਏ ਜੋ ਹਮਾਰਾ ਯੂਥ ਹੈ ਉਸੇ ਪ੍ਰੋਪਰ ਫੋਕਸਡ ਇੱਕ ਸਕਿੱਲ ਡਿਵਲਪਮੈਂਟ ਕੀ ਤਰਫ ਅਪਗ੍ਰੇਡੇਸ਼ਨ ਔਫ ਵੇਰੀਅਸ ਲਾਈਫ ਸਕਿੱਲਸ ਐਂਡ ਇੰਪਲੋਇਮੈਂਟ ਅਪਰਚੁਨਿਟੀਜ਼ ਦ ਸਟੇਟ ਇਜ਼ ਪੋਇਸਡ ਫੋਰ ਅ ਬਿਗ ਲੀਪ ਇਨ ਡਿਵਲਪਮੈਂਟ ਸੋ ਦੇਅਰਫੋਰ ਲਾਅ ਐਂਡ ਆਰਡਰ ਹੈਜ਼ ਟੂ ਬੀ ਮੇਨਟੇਨਡ ਐਂਡ ਵਿਲ ਬੀ ਮੇਨਟੇਨਡ ਐਟ ਆਲ ਕੋਸਟ ਦੇਖੋ ਜੀ ਮੈਂ ਕੋਈ ਸਪਸ਼ਟੀਕਰਨ ਨਹੀਂ ਹੈ ਉਹਨੂੰ ਗ੍ਰਿਫਤਾਰ ਕੀਤਾ ਗਿਆ ਦਿਸ ਇਜ਼ ਵੈਰੀ ਕਲੀਅਰ ਸੋ ਇਸ ਦੇ ਵਿੱਚ ਕੋਈ ਰੀਵਿਜ਼ਿਟ ਕਰਨ ਦੀ ਗੱਲ ਨਹੀਂ ਹੈ ਅਸੀਂ ਜਿਹੜੇ ਰੇਡ ਕੀਤੇ ਪ੍ਰੈਸ਼ਰ ਬਣਾਇਆ ਉਹਦੇ ਕਰਕੇ ਉਹ ਸਰਫੇਸ ਹੋਇਆ ਤੇ ਗ੍ਰਿਫਤਾਰ ਕੀਤਾ ਗਿਆ ਸਰ ਰਾਜੀਵ ਸਿੰਘ ਹਾਲੇ ਤੱਕ ਰਾਜੀਵ ਸਿੰਘ ਗ੍ਰਿਫਤਾਰ ਨਹੀਂ ਹੋਏ ਨੇ ਉਹਨਾਂ ਦੀ ਗ੍ਰਿਫਤਾਰੀ ਉੱਤੇ ਕੀ ਅਪਡੇਟ ਹੈਗਾ ਕਿ ਰਾਜੀਵ ਸਿੰਘ ਨੂੰ ਕਦੋਂ ਤੱਕ ਗ੍ਰਿਫਤਾਰ ਕਰ ਲਿਆ ਜਾਏਗਾ ਲਾਅ ਵਿਲ ਟੇਕ ਇਟਸ ਕੋਰਸ ਹੂਐਵਰ ਇਜ਼ ਵਾਂਟਡ ਬਾਈ ਦਾ ਪੁਲਿਸ ਵਿਲ ਬੀ ਅਰੈਸਟਡ ਇਨ ਡਿਊ ਕੋਰਸ ਆਫ ਲਾਅ ਸਰ ਵਿੱਚ ਬੇਅਦਬੀਆਂ ਹੋ ਰਹੀਆਂ ਸੁਣ ਲੈ ਕੇ ਕਿ ਕੱਲ ਵੀ ਜਿਵੇਂ ਮਰਿੰਡੇ ਦੇ ਵਿੱਚ ਬੇਅਦਬੀ ਹੋਈ ਲੋਕਾਂ ਤੋਂ ਬੜਾ ਭਾਰੀ ਵਿਰੋਧ ਪਾਇਆ ਜਾ ਰਿਹਾ ਕਿਹਾ ਜਾ ਰਿਹਾ ਕਿ ਸਾਨੂੰ ਧਰਨਾ ਪ੍ਰਦਰਸ਼ਨ ਚੱਲ ਰਿਹਾ ਦੇਖੋ ਪਹਿਲੇ ਤਾਂ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਇਹ ਸਾਰਿਆਂ ਦੀ ਜਿਹੜੀ ਬੇਅਦਬੀ ਹੋਈ ਹੈ ਇਟ ਇਜ਼ ਵੈਰੀ ਅਨਫੋਰਚੁਨੇਟ ਜਿਸ ਨੇ ਕੀਤੀ ਸੀ ਉਸ ਨੂੰ ਅਰੈਸਟ ਕਰ ਲਿਆ ਗਿਆ ਹੈ ਅਤੇ ਇਸ ਦੀ ਪੂਰੀ ਅਸੀਂ ਤਹਿ ਤੱਕ ਕੋਨਸਪਰੇਸੀ ਜੇ ਕੋਈ ਕੋਨਸਪਰੇਸੀ ਹੈ ਉਸ ਨੂੰ ਐਕਸਪੋਜ਼ ਕਰਾਂਗੇ ਇਹਨੂੰ ਡੀਪਲੀ ਇਨਵੈਸਟੀਗੇਟ ਕਰਾਂਗੇ ਐਟ ਦਾ ਸੇਮ ਟਾਈਮ ਅਸੀਂ ਸਾਰੇ ਜਿਹੜੇ ਰਿਲੀਜੀਅਸ ਅਦਾਰੇ ਹੈਗੇ ਸਾਰਿਆਂ ਨੂੰ ਅਪੀਲ ਕਰਾਂਗੇ ਕਿ ਅਸੀਂ ਪਿੱਛੇ ਬਹੁਤ ਹੀ ਜੰਗੀ ਪੱਧਰ 'ਤੇ CCTV ਲਵਾਏ ਸੀਗੇ ਸੋ ਕੁਛ ਡੂਜ਼ ਐਂਡ ਡੋਂਟਸ ਜਿਹੜੇ ਵੀ ਰਿਲੀਜੀਅਸ ਪਲੇਸਿਸ ਦੇ ਮੈਨੇਜਮੈਂਟ ਹੈਗੇ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਇਹ ਸਾਰਿਆਂ ਦੀ ਇੱਕ ਸਾਂਝੀ ਜ਼ਿੰਮੇਵਾਰੀ ਹੈ ਕਿ ਜਿਹੜੀ ਸਾਡੀ ਰਿਲੀਜੀਅਸ ਪਲੇਸਿਸ ਹੈ ਉਹਨਾਂ ਨੂੰ ਸੇਫ ਅਤੇ ਸਿਕਿਓਰ ਰੱਖਿਆ ਜਾਵੇ ਸੋ ਨੋ ਕਮੈਂਟਸ ਦੇਖੋ ਜੀ ਮੈਂ ਕੋਈ ਇਹਦਾ ਆਈ ਐਮ ਨੋਟ ਅ ਰਿਪੋਜ਼ਿਟਰੀ ਆਫ ਆਲ ਨੌਲੇਜ ਐਂਡ ਆਲ ਇਨਫੋਰਮੇਸ਼ਨ ਸੋ ਮੈਂ ਸਿਰਫ ਸੀਐਮ ਸਾਹਿਬ ਨੇ ਅੱਜ ਪੰਜਾਬ ਪੁਲਿਸ ਨੂੰ ਇਨਕਰੇਜ ਕੀਤਾ ਪੰਜਾਬ ਪੁਲਿਸ ਵੱਲੋਂ ਜਿਹੜਾ ਵਧੀਆ ਆਪਰੇਸ਼ਨ ਕੀਤਾ ਉਸ ਨੂੰ ਐਪਰੀਸ਼ੀਏਟ ਕੀਤਾ ਗਿਆ ਅਤੇ ਪੰਜਾਬ ਪੁਲਿਸ ਦੀ ਓਵਰਆਲ ਟੈਕਨੋਲੋਜੀਕਲ ਅਪਗ੍ਰੇਡੇਸ਼ਨ ਫਿਊਚਰ ਰੋਡ ਮੈਪ ਬਾਰੇ ਡਿਸਕਸ਼ਨ ਹੋਈ ਪ੍ਰੋਜੈਕਟਸ ਡਿਸਕਸ ਕੀਤੇ ਗਏ ਐਂਡ ਅਵਰ ਕਮਿਟਮੈਂਟ ਟੂ ਮੇਨਟੇਨ ਲਾਅ ਐਂਡ ਆਰਡਰ ਇਨ ਦੀ ਸਟੇਟ ਇਜ਼ ਰੀਇਟਰੇਟਿਡ ਪੰਜਾਬ ਪੁਲਿਸ ਵਿਲ ਨੋਟ ਲੈਟ ਐਨੀ ਡਿਸਰਪਟਿਵ ਫੋਰਸਿਸ ਜਿਹੜੀ ਹੈ ISI ਦੇ ਜਿਹੜੇ ਮਨਸੂਬੇ ਹੈਗੇ ਉਹਨਾਂ ਨੂੰ ਅਸੀਂ ਕਾਮਯਾਬ ਨਹੀਂ ਹੁੰਦਾਂਗੇ।